ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਕੋ ਕਨੇਡਾ ਸਾਹਿਬ ਦੀ ਰੈਲੀ ਕਰਾਉਣ ਕੋਈ ਕਿਸੇ ਵੀ ਵੱਡੀ ਰੈਲੀ ਤਾਂ ਛੱਡੋ ਇਹ ਕਿਤੇ 500 ਬੰਦੇ ਦੀ ਕਿਤੇ ਵੀ ਰੈਲੀ ਪੰਜਾਬ ਦੇ ਕਿਸੇ ਪਿੰਡ 'ਚ ਨੱਡਾ ਸਾਹਿਬ ਦੀ ਮੈਨੂੰ ਕਰਾ ਕੇ ਦਿਖਾ ਦੇਣ ਲੈ ਮੈਂ ਮੈਂ ਸਾਰਾ ਕੁਝ ਹੀ ਛੱਡ ਦੂੰਗਾ ਮੈਂ ਇਹਨਾਂ ਉਹ ਇਨਸ਼ੋਰ ਵੀ ਕਰਾਂਗੇ ਵਿਸ਼ਵਾਸ ਵੀ ਦਿਵਾਵਾਂਗੇ ਤੇ ਉਹ ਤੋਂ ਇਲਾਵਾ ਆਸੀਂ ਨਿੱਜੀ ਵਿਸ਼ਵਾਸ ਵੀ ਆਪ ਸਾਰੇ ਐਮਪੀ ਜਾ ਕੇ ਵੀ ਬਿਲਕੁਲ ਸਾਡੀ ਜ਼ਿੰਮੇਵਾਰੀ ਹੈ ਟ੍ਰੇਨਾਂ ਦੀ ਕੋਈ ਵੀ ਪ੍ਰੋਬਲਮ ਨਾ ਟਰੈਕ ਤੇ ਨਾ ਕਿਤੇ ਉਹਨੂੰ ਅੱਜ ਤੱਕ ਅੱਜ ਤੱਕ ਵੀ ਕਿਸੇ ਟ੍ਰੇਨ ਨੂੰ ਕੋਈ ਜੋ ਵੀ ਜਾ ਰਹੀਆਂ ਕਿਸੇ ਨੂੰ ਕਿਸੇ ਨੇ ਕੋਈ ਚੌਕ ਵੀ ਨਹੀਂ ਲਾਇਆ ਕਿਸੇ ਨੇ ਡੰਡਾ ਜਾਂ ਪੱਥਰ ਮਾਰਨ ਦੀ ਬਹੁਤ ਦੂਰ ਦੀ ਗੱਲ ਆ ਜਿਹੜੇ ਵੀ ਬੰਦੇ ਬੈਠੇ ਆ ਉਹਦੇ ਨਾਲ 50% ਪਹਿਲੀ ਵਾਰ ਹੋਇਆ 50% ਸਾਡੀਆਂ ਮਾਂ-ਮਾਂ ਬੀਬੀਆਂ ਭੈਣਾਂ ਬੱਚਿਆਂ ਨਾਲ ਬੈਠੀਆਂ ਐ ਉਹ ਕਾਂਗਰਸ ਨੇ ਬਿਠਾਤੀਆਂ ਉਹ ਟੈਰਰਿਸਟ ਨੇ ਉਹ ਮਾਓਵਾਦੀ ਨੇ ਉਹ ਅਰਬਨ ਨੈਕਸਲਾਈਟ ਟੈਰਿਸ ਨੇ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਦੇ ਵਿੱਚ ਕਰੀਬ ਡੇਢ ਮਹੀਨਾ ਹੋ ਗਿਆ ਮਾਲ ਗੱਡੀਆਂ ਰੁਕੀਆਂ ਹੋਈਆਂ ਨੇ ਨਾਰਮਲ ਗੱਡੀਆਂ ਰੁਕੀਆਂ ਹੋਈਆਂ ਨੇ ਕਾਫੀ ਕੋਲਾ ਵੀ ਥਰਮਲ ਪਲਾਂਟ ਚ ਘਟ ਗਿਆ ਬਰਨਾਲੇ ਦੀ ਗੱਲ ਕਰੀਏ ਤਾਂ ਹੁਣ ਜਿਹੜੇ ਕੈਪਟਨ ਵਿੰਦਰ ਸਿੰਘ ਨੇ ਡਿਊਟੀ ਲਈ ਹੈ ਐਮਪੀਆਂ ਦੀ ਕਿ ਜਾਓ ਜਾ ਕੇ ਰੇਲ ਮੰਤਰੀ ਨਾਲ ਮੁਲਾਕਾਤ ਕਰੋ ਫਾਈਨੈਂਸ ਮਿਨਿਸਟਰ ਨਾਲ ਕਰੋ ਚੀਫ ਵਿਪ ਜਿਹੜੇ ਨੇ ਆ ਮੇਰੇ ਨਾਲ ਮੌਜੂਦ ਨੇ ਰਵਨੀਤ ਸਿੰਘ ਬਿੱਟੂ ਇਹ ਸਾਰੇ ਮੁਲਾਕਾਤਾ ਕਰ ਰਹੇ ਗੱਲਬਾਤ ਕਰਨਗੇ ਬਿੱਟੂ ਸਾਹਿਬ ਫਿਰ ਕਿਤੇ ਕਿਤੇ ਨਾਲ ਮੁਲਾਕਾਤ ਕਰ ਰਹੇ ਹੋ ਦੇਖੋ ਬਿਲਕੁਲ ਤੁਸੀਂ ਠੀਕ ਕਿਹਾ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਨੇ ਕੱਲ ਉਹਨਾਂ ਦੇ ਹੁਕਮ ਆਏ ਆ ਸਾਰੀ ਜਦੋਂ ਉਹਨਾਂ ਨੇ ਆਪਣੀ ਕੋਰ ਕਮੇਟੀ ਮੀਟਿੰਗ ਕਰਕੇ ਕਿਉਂਕਿ ਉਹਨਾਂ ਨੇ ਵੀ ਆ ਜਾਣਾ ਹੈ 3 ਤਰੀਕ ਨੂੰ 4 ਨੂੰ ਰਾਸ਼ਟਰਪਤੀ ਨੂੰ ਸਾਰੇ ਆਲ ਪਾਰਟੀ ਐਮ ਐਲ ਐਸ ਤੇ ਐਮ ਪੀਜ਼ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਪਰ ਸਾਨੂੰ ਉਹਨਾਂ ਦਾ ਕੱਲ ਇਹ ਹੁਕਮ ਸੀ ਵੀ ਤੁਸੀਂ ਜਲਦੀ ਤੋਂ ਜਲਦੀ ਦੋ ਮਿਨਿਸਟਰੀਜ਼ ਨਾਲ ਸਭ ਤੋਂ ਪਹਿਲਾਂ ਜਿਹੜਾ ਹੈ ਰੇਲਵੇ ਮਿਨਿਸਟਰੀ ਪਿਊਸ਼ ਗੋਇਲ ਜੀ ਨਾਲ ਤੇ ਦੂਜਾ ਫਾਈਨਾਂਸ ਮਿਨਿਸਟਰ ਉਹਨਾਂ ਨਾਲ ਟਾਈਮ ਤੁਸੀਂ ਲਓ ਕਿਉਂਕਿ ਤੁਸੀਂ ਉਹਨਾਂ ਨੂੰ ਗਵਰਨਮੈਂਟ ਵੱਲੋਂ ਮੇਰਾ ਮੈਸੇਜ ਕਨਵੇ ਕਰੋ ਸਾਰੇ ਐਮਪੀਜ਼ ਜਾ ਕੇ ਤੇ ਮੈਂ ਕੱਲ तकरीबन 5:30 6 ਦੇ ਵਿੱਚ ਦੋਨੋਂ ਮਿਨਿਸਟਰੀ ਜਾ ਕੇ ਮੈਂ ਖੁਦ ਉਹਨਾਂ ਦੇ ਪੀਐਸ ਤੇ ਪੀਐਸਾ ਨੂੰ ਮਿਲ ਕੇ ਟਾਈਮ ਲਿਖਾ ਕੇ ਆਇਆ ਆ ਵੀ ਕਿਵੇਂ ਸਾਨੂੰ ਜਲਦੀ ਤੋਂ ਜਲਦੀ ਕਿਉਂਕਿ ਅਸੀਂ ਵਿਸ਼ਵਾਸ ਦਿਵਾਉਣਾ ਚਾਹੁੰਦੇ ਆਂ ਪੰਜਾਬ ਵੱਲੋਂ ਵੀ ਕੋਈ ਵੀ ਜਿਹੜਾ ਟਰੈਕ ਆ ਪੰਜਾਬ ਦਾ ਰੇਲਵੇ ਦਾ ਉਹ ਕੋਸੇ ਇੱਕ ਟਰੈਕ ਤੇ ਵੀ ਕੋਈ ਕਿਸਾਨ ਨਹੀਂਗਾ ਕੋਈ ਧਰਨਾਕਾਰੀ ਨਹੀਂਗਾ ਉਹ ਸਾਡੀ ਜ਼ਿੰਮੇਵਾਰੀ ਆ ਕੱਲਾ ਕੱਲਾ ਟਰੈਕ ਜਿਹੜਾ ਖਾਲੀ ਆ ਤੇ ਜਿਹੜੇ ਟਰੈਕ ਦੀ ਧਰਨੇ ਦੀ ਗੱਲ ਕਰੀਏ ਸਿਰਫ ਉਹ ਦੋ ਜਿਹੜੇ ਪਾਵਰ ਪਲਾਨ ਨੇ ਜਿਹੜੇ ਪ੍ਰਾਈਵੇਟ ਨੇ ਇੱਕ ਉਹ ਹੈਗਾ ਰਾਜਪੁਰੇ ਚ ਉਹਨਾਂ ਦਾ ਨਿੱਜੀ ਟਰੈਕ ਆ ਜਿਹੜਾ ਅੜੀ ਕੋਲਾ ਉਹਨਾਂ ਦੇ ਟਰੈਕ 'ਚ ਨਿੱਜੀ ਪ੍ਰਾਈਵੇਟ ਟਰੈਕ ਆ ਜਿਹੜਾ ਉਹਨਾਂ ਦਾ ਰੇਲਵੇ ਉਹ ਉੱਤੇ ਬੈਠੀ ਆ ਇੱਕ ਕਿਸਾਨ ਜਿੱਥੇ ਬੰਦੀ ਇੱਕ ਬਣ ਬਨੇ ਵਾਲ ਬਨਵਾਲ ਪਿੰਡ ਜਿਹੜਾ ਉਹਨਾਂ ਦਾ ਆਪਣਾ ਕੋਈ ਨਿੱਜੀ ਪਲਾਂਟ ਆ ਉਹ ਥੋੜਾ ਜਿਹਾ ਉਹਨਾਂ ਦਾ ਟਰੈਕ ਆ ਉਹਦੇ ਉੱਤੇ ਕਿਸਾਨ ਯੂਨੀਅਨ ਬੈਠੀ ਆ ਗੱਲ ਇਹ ਆ ਇਸ ਵੇਲੇ ਆਹੀ ਮਹੀਨਾ ਮਹੀਨਾ ਵੀ ਕਹਾਂ ਦਾ ਕਹ ਲਵਾਂ 15 ਦਿਨੀ ਨੇ ਉਸ ਤੋਂ ਬਾਅਦ ਜਿਹੜੀ ਆ ਉੱਤੇ ਲੇਹ ਲਦਾਖ ਜਾਂ ਹੋਰ ਕਸ਼ਮੀਰ ਚ ਬਰਫ ਪੈ ਜਾਣੀ ਆ ਤੇ ਇਹੀ ਇਥੋਂ ਰਹਾ ਜਿਹੜਾ ਟ੍ਰੇਨਾਂ ਚ ਜਿਹੜਾ ਉਹਨਾਂ ਲਈ ਕਿਉਂਕਿ ਇਸ ਵੇਲੇ ਚਾਈਨਾ ਨਾਲ ਤਾਂ ਆਪਣਾ ਇੱਕ ਦੂਜੇ ਨਾਲ ਇਸ ਵੇਲੇ ਉਹ ਹਾਲਾਤ ਨੇ ਵੀ ਕਦੇ ਵੀ ਕੁਝ ਹੋ ਸਕਦਾ ਤੇ ਉਹ ਫੌਜ ਦਾ ਸਮਾਨ ਵੀ ਸਾਰਾ ਜਿਹੜਾ ਉਹਨਾਂ ਨੇ ਵਿੰਟਰਸ ਦਾ ਸਮਾਨ ਜਮ੍ਹਾਂ ਕਰਨਾ ਹੁੰਦਾ ਉਹ ਸਮਾਨ ਵੀ ਇਹ ਟ੍ਰੇਨਾਂ ਥਾਂ ਹੀ ਇਹੀ ਰਾਹ ਨਾਲ ਜਾਣਾ ਹੈ ਚਾਹੇ ਉਹ ਹਿਮਾਚਲ ਰਾਹੀਂ ਜਾਣਾ ਹੋਵੇ ਚਾਹੇ ਕਸ਼ਮੀਰ ਰਾਹੀਂ ਜਾਣਾ ਹੋਵੇ ਪੰਜਾਬ ਚੋਂ ਹੋ ਕੇ ਨਿਕਲਣਾ ਹੈ ਪਹਿਲੀ ਗੱਲ ਇਹ ਬਹੁਤ ਜ਼ਰੂਰੀ ਹੈ ਮੁਲਕ ਲਈ ਜਿਹੜੀ ਸੀਐਮ ਸਾਹਿਬ ਨੇ ਮੈਨੂੰ ਖਾਸ ਤੌਰ ਤੇ ਇਹ ਗੱਲ ਇਹਨਾਂ ਨੂੰ ਕਨਵੇ ਕਰਨ ਲਈ ਕਿ ਇਹ ਦੂਜੀ ਗੱਲ ਸਾਡੇ ਤਕਰੀਬਨ ਜਿਹੜਾ ਇਸ ਵੇਲੇ ਪੈਡੀ ਦੀ ਖਰੀਦ ਆ ਉਹ 1 ਲੱਖ 2000 ਮੈਟ੍ਰਿਕ ਟਨ ਖਰੀਦ ਹੋ ਚੁੱਕੀ ਆ ਤੇ ਜੇ ਕੋਈ ਮਾੜੀ ਮੋਟੀ بارش ਆ ਗਈ ਖਰੀਦ ਤੈਪਸੀ ਆ ਕਰਦੀ ਆ ਦੇਸ਼ ਲਈ ਆ ਪੀਡੀਐਸ ਲਈ ਜਾਂ ਹੋਰ ਤੇ ਉਹ ਕਿਤੇ ਵੀ ਮੀਂਹ ਆ ਗਿਆ ਕੋਈ ਕਣੀਆਂ ਆ ਗਈਆਂ ਤੇ ਸਾਰਾ ਅਨਾਜ ਜਿਹੜਾ ਬਾਹਰ ਪਿਆ ਹੈ ਉਹ ਖਰਾਬ ਹੋ ਸਕਦਾ ਹੈ ਤੇ ਟ੍ਰੇਨਾਂ ਚੱਲਣਗੀਆਂ ਤਾਂ ਹੀ ਉਹ ਅਨਾਜ ਇੱਥੇ ਆਊਗਾ ਤੀਜੀ ਗੱਲ ਆ ਜਿਹੜੀ ਕੋਲੇ ਵਾਲੀ ਕੋਲਾ ਇਹ ਜਿਹੜਾ ਉਹ ਜਿਹੇ ਪਲਾਂਟ ਉੱਥੋਂ ਚੱਲਦੇ ਆ ਉਹਦੀ ਪੰਜਾਬ 'ਚ ਤਾਂ ਹੈ ਹੀ ਹੈ ਬਾਕੀ ਹਰਿਆਣਾ ਦਿੱਲੀ ਤੱਕ ਵੀ ਜਿਹੜੀ ਬਿਜਲੀ ਆਉਂਦੀ ਆ ਚੌਥੀ ਗੱਲ ਆ ਜਿਹੜੀ ਅੱਗੇ ਹੁਣ ਬਜਾਈ ਸ਼ੁਰੂ ਹੋਣੀ ਆ ਫੇਰ ਕਿਸਾਨਾਂ ਦੀ ਉਹਦੇ ਲਈ ਯੂਰੀਆ ਖਾਦ ਦੀ ਗੱਲ ਕਰੀਏ ਡੀ ਏ ਪੀ ਦੀ ਗੱਲ ਕਰੀਏ ਇਹ ਖਾਦਾਂ ਦੀ ਬੜੀ ਭਾਰੀ ਜਿਹੜੀ ਆ ਕਿੱਲਤ ਆ ਇਸ ਵੇਲੇ ਪੰਜਾਬ 'ਚ ਕਿਉਂਕਿ ਅਗਲੀ ਫਸਲ ਲਾਉਣੀ ਆ ਉਹ ਫਸਲ ਪੰਜਾਬ ਦੇ ਕਿਸਾਨ ਤੋਂ ਇਲਾਵਾ ਫੇਰ ਉਹ ਸਾਰੇ ਦੇਸ਼ ਨੂੰ ਚਾਹੀਦੀ ਆ ਕਣਕ ਇਸ ਕਰਕੇ ਇਹ ਚਾਰ ਚੀਜ਼ਾਂ ਜਿਹੜੀਆਂ ਮੋਸਟ ਇੰਪੋਰਟੈਂਟ ਨੇ ਉਹ ਗੱਲ ਰੇਲਵੇ ਮਿਨਿਸਟਰੀ ਨਾਲ ਪਿਊਸ਼ ਗੋਇਲ ਜੀ ਨਾਲ ਸਾਨੂੰ ਕਰਨ ਨੂੰ ਕਿਹਾ ਉਹ ਅਸੀਂ ਟਾਈਮ ਲਖਾਇਆ ਆ ਹੁਣ ਦੇਖਦੇ ਆ ਵੀ ਉਹ ਅੱਜ ਇੱਕ ਰਿਕਵੈਸਟ ਤਾਂ ਹੀ ਕੀਤੀ ਆ ਵੀ ਬਹੁਤ ਜ਼ਰੂਰੀ ਆ ਕਿਉਂਕਿ ਆ ਅੱਜ Eid ਦੀ ਛੁੱਟੀ ਆ ਫਿਰ ਸੈਟਰਡੇ ਸੰਡੇ ਆ ਵੀ ਜਲਦੀ ਤੋਂ ਜਲਦੀ ਟਾਈਮ ਦਿਓ ਤੇ ਜਿੱਥੇ ਤੱਕ ਫਾਈਨਾਂਸ ਮਿਨਿਸਟਰੀ ਦੀ ਗੱਲ ਆ ਉਹਨਾਂ ਨਾਲ ਗੱਲ ਕਰਨੀ ਵੀ ਸਾਡਾ 10000 ਕਰੋੜ ਰੁਪਈਆ ਤਕਰੀਬਨ ਜਿਹੜਾ ਉਹ ਬਣ ਗਿਆ GST ਦਾ ਪਿੱਛੇ ਵੀ ਉਹਨਾਂ ਨੇ 6000 ਕਰੋੜ ਕੁਝ ਜਾਰੀ ਕੀਤਾ ਪਿਛਲੇ ਹਫਤੇ ਹੀ ਉਹਦੇ ਵਿੱਚ ਵੀ ਸਾਡੀ ਸਟੇਟ ਨੂੰ ਕੁਝ ਨਹੀਂ ਮਿਲਿਆ ਤੇ ਹੋਰ 1000 ਕਰੋੜ ਰੁਪਈਆ ਹੋਰ ਉਹਨਾਂ ਨੇ RDF ਦਾ ਰੂਰਲ ਡਿਵੈਲਪਮੈਂਟ ਫੰਡ ਆ ਜਿਹੜਾ ਉਹ ਸਾਡਾ ਤਕਰੀਬਨ ਜਿਹੜਾ ਰੋਕਤਾ ਇਹ ਜੀਆਂ ਕਈ ਗੱਲਾਂ ਨੇ ਜਿਹੜੀਆਂ ਫਾਈਨਾਂਸ ਮਿਨਿਸਟਰੀ ਤੇ ਰੂਰਲ ਡਿਵੈਲਪਮੈਂਟ ਫੂਡ ਮਿਨਿਸਟਰੀ ਉਹ ਲੱਗ-ਲੱਗ ਕਿਉਂਕਿ ਮਨਪ੍ਰੀਤ ਸਿੰਘ ਬਾਦਰ ਫਾਈਨਾਂਸ ਮਿਨਿਸਟਰ ਨੇ ਜਿਹੜੇ ਉਹਨਾਂ ਨੂੰ ਵੀ ਭੇਜਿਆ ਫੂਡ ਮਿਨਿਸਟਰੀ ਨਾਲ ਗੱਲਾਂ ਕਰਨ ਲਈ ਤੇ ਸਾਨੂੰ ਜਿਹੜਾ ਹੈ ਇਹ ਦੋ ਮਿਨਿਸਟਰੀਆਂ ਦੀ ਜ਼ਿੰਮੇਵਾਰੀ ਲਈ ਆ ਤੇ ਉਮੀਦ ਕਰਦੇ ਆਂ ਵੀ ਜਲਦੀ ਤੋਂ ਜਲਦੀ ਟਾਈਮ ਦੇ ਕੇ ਅਸੀਂ ਆਪਣਾ ਪੱਖ ਵੀ ਰੱਖੀਏ ਤੇ ਬਾਕੀ ਜੋ ਉਹ ਕਹਿਣਗੇ ਉਹਨਾਂ ਦਾ ਪੱਖ ਆ ਜਿਹੜਾ ਉਹ ਵੀ ਸੁਣ ਕੇ ਉਸ ਗੱਲਾਂ ਨੂੰ ਸੌਟ ਆਊਟ ਕਰੀਏ ਕਿਉਂਕਿ ਇਹ ਗੱਲਾਂ ਦੇਸ਼ ਲਈ ਇਕੱਲੇ ਸੂਬੇ ਲਈ ਨਹੀਂ ਇਹ ਦੇਸ਼ ਦੇ ਆਰਮੀ ਲਈ ਫੌਜ ਲਈ ਲੋਕਾਂ ਲਈ ਇਹ ਜ਼ਰੂਰੀ ਗੱਲਾਂ ਨੇ ਸੈਂਟਰ ਤੁਸੀਂ ਕਹਿ ਰਹੇ ਹੋ ਕਿ ਸਾਰੇ ਟਰੈਕ ਖਾਲੇ ਨੇ ਪਰ ਪਿਊਸ਼ ਕੋਇਲ ਵੀ ਇਹ ਹੀ ਕਹਿ ਰਹੇ ਨੇ ਜਿਹੜੇ ਲੈਟਰ ਲਿਖਿਆ ਕਿ ਟਰੈਕ ਖਾਲੇ ਨੇ ਸਾਨੂੰ ਇਨਸਪੈਕਸ਼ਨ ਕਰਕੇ ਦੇ ਦਿਓ ਇਹ ਸਾਰੇ ਖਾਲੇ ਨੇ ਟ੍ਰੇਨਾਂ ਚੱਲ ਜਾਣੀਆਂ ਤੇ ਸੂਬਾ ਸਰਕਾਰ ਕਿਉਂ ਨਹੀਂ ਲਿਖ ਕੇ ਦੇ ਦਿੰਦੀ ਕਿ ਸਾਰੇ ਖਾਲੇ ਨੇ ਸਿਕਿਉਰਿਟੀ ਕੌਣ ਨਹੀਂ ਸ਼ੇਅਰ ਕਰਦੀ ਬਿਲਕੁਲ ਬਿਲਕੁਲ ਅਸੀਂ ਇਸ ਗੱਲ ਜਿਹੜਾ ਉਹ ਇਨਸ਼ੋਰ ਵੀ ਕਰਾਂਗੇ ਵਿਸ਼ਵਾਸ ਵੀ ਦਿਵਾਵਾਂਗੇ ਤੇ ਉਹ ਤੋਂ ਇਲਾਵਾ ਆਸੀਂ ਨਿੱਜੀ ਵਿਸ਼ਵਾਸ ਵੀ ਆਪ ਸਾਰੇ ਐਮਪੀ ਜਾ ਕੇ ਵੀ ਬਿਲਕੁਲ ਸਾਡੀ ਜ਼ਿੰਮੇਵਾਰੀ ਹੈ ਟ੍ਰੇਨਾਂ ਦੀ ਕੋਈ ਵੀ ਪ੍ਰੋਬਲਮ ਨਾ ਟਰੈਕ ਤੇ ਨਾ ਕਿਤੇ ਉਹਨੂੰ ਅੱਜ ਤੱਕ ਅੱਜ ਤੱਕ ਵੀ ਕਿਸੇ ਟ੍ਰੇਨ ਨੂੰ ਕੋਈ ਜੋ ਵੀ ਜਾ ਰਹੀਆਂ ਕਿਸੇ ਨੂੰ ਕਿਸੇ ਨੇ ਕੋਈ ਚੌਕ ਵੀ ਨਹੀਂ ਲਾਇਆ ਕਿਸੇ ਨੇ ਡੰਡਾ ਜਾਂ ਪੱਥਰ ਮਾਰਨ ਦੀ ਬਹੁਤ ਦੂਰ ਦੀ ਗੱਲ ਆ ਇਸ ਕਰਕੇ ਵੀ ਬਿਲਕੁਲ ਜਿਹੜਾ ਲੋਕਲ ਆ ਸਾਡਾ ਜਿਹੜੇ ਇਹਨਾਂ ਦੇ ਡੀਆਰਐਮ ਨੇ ਜਾਂ ਹੋਰ ਉਸ ਲੈਵਲ ਤੇ ਵੀ ਗੱਲ ਪੁਲਿਸ ਵੀ ਕਰ ਰਹੀ ਹੈ ਐਡਮਿਨਿਸਟ੍ਰੇਸ਼ਨ ਵੀ ਕਰ ਰਹੀ ਹੈ ਪਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਮੁੱਖ ਮੰਤਰੀ ਸਾਹਿਬ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਆਪ ਨਹੀਂ ਮੁੱਖ ਮੰਤਰੀ ਸਾਹਿਬ ਮਤਲਬ ਸਰਕਾਰ ਉਹਨਾਂ ਵੱਲੋਂ ਇਹਨਾਂ ਨੂੰ ਕਹਿਣ ਆਏ ਆ ਕਿ ਕੋਈ ਤੁਹਾਨੂੰ ਇਸ ਗੱਲ ਦੀ ਜ਼ਿੰਮੇਵਾਰੀ ਜੋ ਰੇਲ ਤਾ ਜੋ ਉਹ ਸਾਰੀਆਂ ਜ਼ਿੰਮੇਵਾਰੀਆਂ ਲੈ ਕੇ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ ਜੇ ਨਾਲ ਗੱਲ ਕਰੀਏ ਭਾਜਪਾ ਲਗਾਤਾਰ ਹਮਲਾਵਰ ਹੋ ਰਹੀ ਹੈ ਕਿ ਪਹਿਲਾਂ ਕਾਂਗਰਸ ਨੇ ਆਪ ਹੀ ਰੇਲਾਂ ਤੇ ਸੜਕਾਂ ਤੇ ਬਿਠਾਏ ਤੇ ਹੁਣ ਕਾਂਗਰਸ ਕਹਿ ਰਹੀ ਹੈ ਕਿ ਅ ਅਸੀਂ ਤਾਂ ਰੇਲ 트랙 ਖਾਲੀ ਕਰਨ ਨੂੰ ਰੈਡੀ ਬੈਠੇ ਨੇ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਨੇ ਜਿਹੜਾ ਹਮਲਾ ਹੋਇਆ ਅਸ਼ਵਨੀ ਸ਼ਰਮਾ ਤੇ ਉਹ ਕਹਿੰਦੇ ਕਿ ਰਵਨੀਤ ਬਿੱਟੂ ਇਸ ਤਰ੍ਹਾਂ ਜ਼ਿੰਮੇਵਾਰੀ ਲੈ ਰਹੇ ਜਿਸ ਤਰ੍ਹਾਂ ਅਲ ਕਾਇਦਾ ਵਾਲੇ ਜ਼ਿੰਮੇਵਾਰੀ ਲੈਣ ਦੇ ਕਿ ਅਸੀਂ ਕਰਾਇਆ ਪਰਚਾ ਘਰਾਉਣ ਨੂੰ ਫਿਰਦੇ ਨੇ ਤੁਹਾਡੇ ਤੇ ਯਾ ਦੇਖੋ ਪਰਚੇ ਤਾਂ ਮੇਰੇ ਤੇ ਐਜੀਟੇਸ਼ਨਾਂ ਵੇਲੇ ਬਥੇਰੇ ਹੋਏ ਪਰ ਮੈਂ ਇੱਕ ਗੱਲ ਇੱਕ ਗੱਲ ਮੈਂ ਵਿੱਚ ਸ਼ੁਰੂ ਕਰਾਂ ਵੀ ਮੈਂ ਸਭ ਤੋਂ ਪਹਿਲਾਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਨਾ ਇੱਕ ਬਹੁਤ ਤਾਨੇਸ਼ਹੀ ਰਬਈਏ ਨਾਲ ਇਹਨਾਂ ਨੇ ਕੁਝ ਕੰਮ ਕੀਤੇ ਤੇ ਸਭ ਤੋਂ ਪਹਿਲਾਂ ਲੁਧਿਆਣੇ 'ਚ ਅਸੀਂ ਰਾਵਣ ਬਣਾ ਕੇ ਸਰਕਾਰ ਦਾ ਬਾਦਲ ਸਾਹਿਬ ਦੀ ਦਾ ਪੁਤਲਾ ਜਿਹੜਾ ਹੈ ਉਹ ਜਲਾਇਆ ਤੁਹਾਨੂੰ ਵੀ ਯਾਦ ਹੋਣਾ ਤੇ ਉੱਥੇ ਕੁਝ ਤਕਲੀਫ ਆਈ ਕੁਝ ਉੱਥੇ ਦੇ ਗੁੰਡੇ ਐਲੀਮੈਂਟਸ ਕੁਝ ਪੁਲਿਸ ਨੇ ਸਾਡੇ ਤੇ ਹਮਲਾ ਕੀਤਾ ਉਸ ਤੋਂ ਬਾਅਦ ਮੈਂ ਉੱਠ ਕੇ ਉੱਥੋਂ ਸਿੱਧਾ ਮੁੱਖ ਮੰਤਰੀ ਦੇ ਘਰ ਦੇ ਬਾਹਰ ਦਰਵਾਜ਼ੇ ਤੇ ਆ ਕੇ ਤਿੰਨ ਦਿਨ ਕੋਠੀ ਦੇ ਮੂਹਰੇ ਕੋਈ ਅੱਜ ਤੱਕ ਬੈਠਾ ਨਹੀਂ ਸੀ ਮੈਂ ਤਿੰਨ ਦਿਨ ਧਰਨੇ ਤੇ ਮੁੱਖ ਮੰਤਰੀ ਦੇ ਰੋਜ਼ ਦੋ ਵਾਰ ਮੁੱਖ ਮੰਤਰੀ ਬਾਹਰ ਆ ਕੇ ਬਾਦਲ ਸਾਹਿਬ ਪੁੱਛਦੇ ਸੀ ਹੱਥ ਜੋੜ ਕੇ ਪੁੱਛਦੇ ਸੀ ਵੀ ਦੱਸੋ ਕੋਈ ਚੀਜ਼ ਦੀ ਲੋੜ ਆ ਜਿਹੜੇ ਤੁਸੀਂ ਲੋਕ ਬੈਠੇ ਹੋ ਤੇ ਮੈਂ ਕੀ ਕਰ ਸਕਦਾ ਹਾਂ ਤੇ ਅਸੀਂ ਆਪਣੀਆਂ ਮੰਗਾਂ ਉਹਨਾਂ ਦੇ ਮੂਹਰੇ ਰੱਖਦੇ ਸੀ ਵੀ ਆਹ ਮੰਗਾਂ ਜੀ ਸਾਡੀਆਂ ਅਸੀਂ ਉੱਠ ਜਾਂਦੇ ਆ ਉਹ ਆਪਣੀ ਸਲਾਹ ਕਰਦੇ ਸੀ ਵੀ ਕਿਵੇਂ ਇਹ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਇੱਕ ਦਿਨ ਲੱਗ ਗਿਆ ਦੋ ਦਿਨ ਲੱਗ ਗਿਆ ਤੀਜੇ ਦਿਨ ਸਾਡੀ ਮੰਗ ਮੰਨੀ ਗਈ ਸਰਕਾਰ ਦਾ ਕੰਮ ਹੁੰਦਾ ਸੀ ਉੱਠ ਕੇ ਚਲੇ ਗਏ ਇਹ ਐਸੀ ਸਰਕਾਰ ਆ ਐਸੀ ਮੈਂ ਸਮਝਦਾ ਇੰਨੀ ਤਾਨਾਸ਼ਾਹ ਏ ਅਸੀਂ ਤਾਂ ਇਹ ਸਾਡੀ ਤਾਂ ਥੋੜੇ ਜਣਿਆਂ ਦੀ ਇੱਕ ਕਾਂਗਰਸ ਪਾਰਟੀ ਦੀ ਗੱਲ ਸੀਗੀ ਉਸ ਵੇਲੇ ਅਸੀਂ ਆਪੋਜੀਸ਼ਨ ਸੀਗੇ ਇੱਕ ਐਮਪੀ ਦੀ ਗੱਲ ਸੀਗੀ ਇੱਥੇ ਤਾਂ ਸਾਰਾ ਪੰਜਾਬ ਤੇ ਮੁਲਕ ਦੀ ਗੱਲ ਆ ਤੇ ਇਹ ਜਿਹੜੀ ਤੁਸੀਂ ਮੈਂ ਉਸਤੇ ਦੁਬਾਰਾ ਆਉਣਾ ਤੁਸੀਂ ਐਜੀਟੇਸ਼ਨ ਇਹ ਜਿਹੜੇ ਦੇਖੋ ਮੈਂ ਦੋ ਬੰਦਿਆਂ ਨੂੰ ਮੈਂ ਦੇਖੋ ਮੇਰੀ ਨਿੱਜੀ ਰਹਿ ਹੈ ਇਹ ਕੋਈ ਮੈਂ ਉਹਨਾਂ ਤੇ ਉਹਨਾਂ ਦਾ ਸਾਥ ਕਰਨ ਵਾਲਾ ਕੋਈ ਨਹੀਂ ਪਰ ਮੈਂ ਜੋ ਟੀਵੀ ਮਾਧਿਅਮ ਰਾਹੀਂ ਅੱਜ ਵੀ ਦੇਖਿਆ ਤੁਹਾਡੇ ਚੈਨਲ ਰਾਹੀਂ ਦੇਖਿਆ ਜੋ ਤਾਂ ਇੱਕ ਸੋਮ ਪ੍ਰਕਾਸ਼ੀ ਮੰਤਰੀ ਨੇ ਕਿਉਂਕਿ ਅਫਸਰ ਰਹੇ ਨੇ ਲੰਬਾ ਹਰ ਜ਼ਿਲ੍ਹੇ ਦੀ ਜਾਣਕਾਰੀ ਹੈ ਪੰਜਾਬ ਦੀ ਉੱਥੇ ਐਮ ਐਲ ਏ ਰਹੇ ਨੇ ਹੁਣ ਮਿਨਿਸਟਰ ਨੇ ਉਹਨਾਂ 'ਚ ਥੋੜਾ ਬਹੁਤਾ ਦਰਦਾ ਕਿਤੇ ਨਾ ਕਿਤੇ ਦਿਖਦਾ ਉਹ ਪੱਕੀ ਗੱਲ ਵੀ ਕਿਵੇਂ ਹੁੰਦੀ ਹੈ ਜਿੱਦਣ ਕਮਲ ਸ਼ਰਮਾ ਜੀ ਦੀ 1 ਸਾਲ ਹੋਇਆ ਸੀ ਉਹਨਾਂ ਦੀ ਡੈਥ ਨੂੰ ਉਹ ਫੰਕਸ਼ਨ ਸੀਗਾ ਇਹਨਾਂ ਦਾ ਉੱਥੇ ਨੱਡਾ ਸਾਹਿਬ ਮੰਚ ਤੋਂ ਬੋਲੇ ਨੇ ਜਦੋਂ ਉਹਨਾਂ ਨੇ ਆਪਣੀ ਸਪੀਚ ਕੀਤੀ ਮੈਂ ਸੁਣ ਰਿਹਾ ਸੀ ਵੀ ਮੈਨੂੰ ਰੋਜ਼ ਪੰਜਾਬ ਬਾਰੇ ਕਮਲ ਸ਼ਰਮਾ ਜੀ ਵੀ ਤੇ ਆ ਜਿਹੜੇ ਨਵੇਂ ਜਨਰਲ ਸੈਕਟਰੀ ਬਣੇ ਆ ਜਿਹੜੇ ਉਂਗਲੀ ਕਰਦੇ ਆ ਚੁਗਬ ਸਾਹਿਬ ਇਹ ਵੀ ਕਰਦੇ ਆ ਪਰ ਉਹਨਾਂ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਇਹ ਮੈਨੂੰ ਕੋਈ ਸੀਰੀਅਸਨੈਸ ਨਾਲ ਪੰਜਾਬ ਦੀ ਗੱਲ ਕਰਦੇ ਆ ਵੀ ਉਂ ਦੱਸ ਪਰ ਉਹਨਾਂ ਨੇ ਕਿਹਾ ਵੀ ਸੋਮ ਪ੍ਰਕਾਸ਼ ਨੇ ਜਿਹੜੇ ਉਹ ਮੈਨੂੰ ਮੈਸੇਜ ਬੜਾ ਕਰਦੇ ਆ ਵੀ ਬੜੀ ਫਿਕਰ ਵਾਲੀ ਗੱਲ ਆ ਚਿੰਤਾ ਦੀ ਗੱਲ ਆ ਮੇਰੇ ਨਾਲ ਗੱਲ ਕਰੋ ਇਥੋਂ ਇਹ ਸਾਫ਼ ਹੁੰਦਾ ਵੀ ਇੱਕ ਬੰਦਾ ਥੋੜਾ ਜਿਹਾ ਅੰਦਰ ਬੈਠਾ ਹੈ ਜਿਹੜੀ ਹੁਣ ਪਾਰਟੀ ਦੇ ਮੂਹਰੇ ਜਾਂ ਸਰਕਾਰ ਮੂਹਰੇ ਕਿੱਡੀ ਤਾਕਤ ਰੱਖਦੇ ਉਹ ਅਲੱਗ ਗੱਲ ਆ ਪਰ ਇੱਕ ਸਪਸ਼ਟ ਹੁੰਦਾ ਵੀ ਉਸ ਬੰਦੇ ਨੇ ਇੱਕ ਪੋਜ਼ਿਟਿਵ ਗੱਲ ਕੀਤੀ ਦੂਜਾ ਇੱਕ ਬੰਦਾ ਇਹਨਾਂ ਚੋਂ ਜਿਹੜੇ ਸਾਡੇ ਸੰਪਲਾ ਸਾਹਿਬ ਨੇ ਪੁਰਾਣੇ ਵਜ਼ੀਰ ਰਹੇ ਨੇ ਉਹ ਇੱਕ ਨਿਕਲ ਕੇ ਲੋਕਾਂ ਚ ਗਏ ਆ ਲੋਕਾਂ ਦਾ ਐਜੀਟੇਸ਼ਨ ਚੱਲਿਆ ਲੋਕਾਂ ਦੇ ਜਵਾਬ ਦਿੱਤੇ ਇਹੀ ਚੰਗੀ ਗੱਲ ਹੁੰਦੀ ਆ ਨਾ ਪਰ ਦੂਜੇ ਪਾਸੇ ਆ ਦੋ ਲੋਕ ਨੇ ਸਾਡੇ ਇਹਨਾਂ ਨੂੰ ਮੈਂ ਬਾਹਲਾ ਐਸਾ ਵਰਡ ਨਹੀਂ ਕਹਿਣਾ ਚਾਹੁੰਦਾ ਵੀ ਜਿਹੜਾ ਲੋਕ ਸੁਣਨ ਤੇ ਵੀ ਦੁੱਖ ਹੁੰਦਾ ਮਤਲਬ ਸ਼ਰਮ ਆਉਂਦੀ ਆ ਵੀ ਇਹ ਸਾਡੇ ਲੀਡਰ ਨੇ ਚਾਹੇ ਕਿਸੇ ਪਾਰਟੀ ਦੇ ਹੋਣ ਇਹ ਕੀ ਕਹਿੰਦੇ ਨੇ ਵੀ ਤੁਸੀਂ ਜਿਹੜੀ ਟ੍ਰੇਨ ਵਾਲੀ ਗੱਲ ਕੀਤੀ ਉਹ ਵੀ ਉਸ ਤੇ ਮੈਂ ਆਉਣਾ ਇਹ ਕਹਿੰਦੇ ਆ ਵੀ ਟੈਰਰਿਸਟ ਇਹ ਕਹਿੰਦੇ ਆ ਜਿਹੜਾ ਇਹ ਜਿਹੜੇ ਆਪਣਾ ਅਰਬਨ ਨੈਕਸਟ ਸਲਾਈਟ ਅਰਬਨ ਮੌਇਸਟ ਇਹ ਸ਼ਬਦ ਜਿਹੜਾ ਇਹ ਚੁਗ ਸਾਹਿਬ ਇਹ ਦਿੰਦੇ ਨੇ ਉਹ ਉਂਗਲੀ ਕਰਕੇ ਦਿੰਦੇ ਆ ਹਰੇਕ ਨੂੰ ਉਂਗਲੀ ਜਨਰਲ ਸੈਕਟਰੀ ਕਦੇ ਬਣ ਗਏ ਉਹ ਹਰੇਕ ਨੂੰ ਉਂਗਲੀ ਕਰਦੇ ਆ ਕਦੇ ਦੇਖੋ ਅਸੀਂ ਵੀ ਥੋੜਾ ਬਹੁਤਾ ਜਾਣਦੇ ਆ ਚੈਨਲਾਂ ਮੂਰੇ মিডিਆ ਮੂਰੇ ਜਦੋਂ ਲੋਕਾਂ ਨੂੰ ਰੂਬ ਰੋ ਹੁੰਨੇ ਆ ਹੱਥ ਜੋੜ ਕੇ ਕੋਈ ਬੇਨਤੀ ਕਰਕੇ ਤਾਂ ਗੱਲ ਕਰ ਸਕਦੇ ਆ ਪਰ ਜਦੋਂ ਉਂਗਲੀ ਕਰਕੇ ਗੱਲ ਕਰਦੇ ਆ ਤੇ ਫਿਰ ਉਂਗਲੀ ਜਿਹੜੀ ਆ ਉਹ ਚਾਰ ਉਂਗਲਾਂ ਥੋੜੇ ਵੱਲ ਵੀ ਨਹੀਂ ਲੋਕਾਂ ਵੱਲ ਇਹ ਉਂਗਲ ਕਰਕੇ ਕਿਸੇ ਨੂੰ ਇਹ ਨਾ ਕੋ ਲੋਕ ਉਂਗਲਾਂ ਜਿਹੜੀਆਂ ਐ ਦਿਖਾਉਣੀ ਆ ਪਸੰਦ ਨਹੀਂ ਕਰਦੇ ਤੇ ਇਹਨਾਂ ਨੇ ਕੀ ਕਿਹਾ ਇਹਨਾਂ ਨੇ ਆਪਣੇ ਜ਼ਿਕਰ ਕੀ ਕੀਤਾ ਇਹ ਬਈ ਹੱਤਵਾਦੀ ਮੋਇਸਟ ਟੈਰਰਿਸਟ ਕੀ ਜਿਹੜੇ ਧਰਨੇ ਤੁਸੀਂ ਥੋੜਾ ਚੈਨਲ ਅੱਜ ਜਾਵੇ ਚਾਹ ਕਿਹੜੇ ਚੈਨਲ ਨੇ ਰੋਜ਼ ਜਿੱਥੇ ਵੀ ਕੋਈ ਪੈਟਰੋਲ ਪੰਪ ਰਿਲਾਇੰਸ ਦਾ ਜਿੱਥੇ ਵੀ ਕੋਈ ਮਾਲ ਆ ਜਿੱਥੇ ਵੀ ਕੋਈ ਟੋਲ ਆ ਜਿਹੜੇ ਵੀ ਬੰਦੇ ਬੈਠੇ ਆ ਉਹਦੇ ਨਾਲ 50% ਪਹਿਲੀ ਵਾਰ ਹੋਇਆ 50% ਸਾਡੀਆਂ ਮਾਂ ਮਾਂ ਬੀਬੀਆਂ ਭੈਣਾਂ ਬੱਚਿਆਂ ਨਾਲ ਬੈਠੀਆਂ ਐ ਉਹ ਕਾਂਗਰਸ ਨੇ ਬਿਠਾਤੀਆਂ ਉਹ ਟੈਰਰਿਸਟ ਨੇ ਉਹ ਮਾਓਵਾਦੀ ਨੇ ਉਹ ਅਰਬਨ ਨੈਕਸਲਾਈ ਟੈਰਰਿਸਟ ਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਧਰ ਬੁੱਧੀ ਭ੍ਰਿਸ਼ਟ ਹੋ ਗਈ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਜਿਹੜੀਆਂ ਟ੍ਰੇਨਾਂ ਦੀ ਤੁਸੀਂ ਗੱਲ ਕੀਤੀ ਆ ਕਿਸੇ ਵੀ ਕਿਸਾਨ ਐਜੀਟੇਸ਼ਨ ਨੇ ਕਿਸੇ ਵੀ ਪਾਰਟੀ ਨੂੰ ਅੱਜ ਤੱਕ ਉਹਨਾਂ ਨੇ ਬਿਲਕੁਲ ਇਹ ਕਿਹਾ ਵੀ ਸਾਡੇ ਜਿਹੜਾ ਵੀ ਲੀਡਰ ਗਿਆ ਚਾਹੇ ਪੂਗਮੰਤ ਮੰਨ ਗਏ ਤੁਸੀਂ ਦੇਖਿਆ ਪਰਸੋਂ ਜਾਂ ਹੋਰ ਵੀ ਲੀਡਰਾਂ ਦੀ ਮੈ ਨਾਂ ਨਹੀਂ ਲੈਣਾ ਚਾਹੁੰਦਾ ਸਾਡੇ ਪਾਰਟੀ ਦੇ ਹੀ ਹੋਣ ਉਹਨਾਂ ਨੇ ਕਿਸੇ ਨੂੰ ਆਜ਼ਾਦਤ ਨਹੀਂ ਦਿੱਤੀ ਵੀ ਸਾਡੇ ਐਜੀਟੇਸ਼ਨ ਚ ਕੋਈ ਵੀ ਪਾਰਟੀ ਦਾ ਆਵੇ ਪਾਰਟੀ ਵਾਲਾ ਆਵੇ ਕੋਈ ਵੀ ਪਾਰਟੀ ਆ ਨਾ ਹੀ ਕੋਈ ਗਈ ਨਾ ਹੀ ਉਹਨਾਂ ਨੇ ਇਜਾਜ਼ਤ ਦਿੱਤੀ ਜਾਣਾ ਤਾਂ ਤਾਂ ਹੀ ਸੀ ਜੇ ਉਹਨਾਂ ਨੇ ਪਹਿਲਾਂ ਕਹਿਤਾ ਵੀ ਤੁਸੀਂ ਜਦੋਂ ਕੋਈ ਪਾਰਟੀ ਵਾਲਾ ਆਊਗਾ ਸੂਬਾ ਸਰਕਾਰ ਨਹੀਂ ਸੈਂਟਰਲ ਸਰਕਾਰ ਇਹ ਸੋਚੇ ਵੀ ਕਿਸੇ ਪਾਰਟੀ ਦਾ ਐਜੀਟੇਸ਼ਨ ਹੈ ਇਸ ਕਰਕੇ ਉਹਨਾਂ ਨੇ ਕਿਸੇ ਨੂੰ ਉਸ ਐਜੀਟੇਸ਼ਨ 'ਚ ਵਨ ਨਹੀਂ ਦਿੱਤਾ ਤੁਸੀਂ ਯਾਰ ਸਾਰੇ ਕੈਮਰੇ ਤੁਹਾਡੇ ਸਾਰੇ ਐਜੀਟੇਸ਼ਨਾਂ ਤੇ ਲੱਗੇ ਆ ਉੱਥੇ ਦੇਖ ਲਓ ਵੀ ਕਿਹੜਾ ਲੀਡਰ ਹੈ ਕੋਈ ਕਾਂਗਰਸ ਦਾ ਜਾਂ ਹੋਰ ਕਿਸੇ ਦਾ ਇਸ ਕਰਕੇ ਉੱਥੇ ਸਾਰੇ ਵਰਕਰ ਨੇ ਜਿਹੜੇ ਥੱਲੇ ਉਹ ਪਹਿਲਾਂ ਕਿਸਾਨ ਨੇ ਉਹ ਪਾਰਟੀਆਂ ਤੋਂ ਅਲੱਗ ਹੋ ਕੇ ਅਕਾਲੀ ਵੀ ਗਏ ਨੇ ਕਾਂਗਰਸੀ ਵੀ ਗਏ ਆਮ ਆਦਮੀ ਵੀ ਗਏ ਆ ਬੀਜੇਪੀ ਤਾਂ ਹੈ ਹੀ ਨਹੀਂ ਕੋਈ ਗੱਲ ਤੇ ਇਸ ਕਰਕੇ ਇਹ ਕਹਿਣਾ ਇਹ ਬਹੁਤ ਇੱਕ ਭੁਲੇਖਾ ਹੈ ਇਹੀ ਤਾਂ ਫਿਰ ਗਲਤੀ ਆ ਨਾ ਇਹੀ ਫੀਡਬੈਕ ਆ ਜਿਹੜਾ ਚੁਗਸਾ ਵਰਗੇ ਤੇ ਅਸ਼ਵਨੀ ਜੀ ਆਰੇ ਇਹੀ ਫੀਡ ਦਈ ਫੀਡਬੈਕ ਦਈ ਜਾਂਦੇ ਆ ਵੀ ਉੱਥੇ ਕਾਂਗਰਸੀ ਬੈਠੇ ਆ ਜਾਂ ਕੋਈ ਹੋਰ ਬੈਠੇ ਆ ਜਿੰਨਾ ਚਿਰ ਪਹਿਲੀ ਗੱਲ ਇਹ ਸੱਚ ਗੱਲ ਨਹੀਂ ਸਾਹਮਣੇ ਆਏਗੀ ਉਹਨਾਂ ਚਿਰ ਫਿਰ ਇਹ ਗੱਲਬਾਤ ਦਾ ਰਾਹ ਖੁੱਲਣਾ ਹੀ ਨਹੀਂਗਾ ਹਾਈ ਕਮਾਂਡ ਨੂੰ ਬਰਗਲਾ ਰਹੇ ਨੇ ਉਹਨਾਂ ਦੇ ਲੋਕਲ ਲੀਡਰਸ਼ਿਪ ਦੇਖੋ ਹਾਈ ਕਮਾਂਡ ਦੇ ਮੂਰੇ ਜਾਨ ਨਹੀਂ ਗਈ ਤਾਕਤ ਨਹੀਂ ਗਈ ਬੋਲਣ ਦੀ ਦੱਸਣ ਦੀ ਜਦੋਂ ਹੁਣ ਕੱਲ ਵੀ ਮੀਟਿੰਗ ਚੱਲੀ ਆ ਜਦੋਂ ਤੁਸੀਂ ਕੈਮਰੇ ਵਾਲੇ মিডিਆ ਵਾਲੇ ਗਏ ਮੈਂ ਦੇਖ ਰਿਹਾ ਸੀ ਲਾਈਵ ਤੇ ਇੱਕਦਮ ਪਹਿਲਾਂ ਤਾਂ ਬੜੀ ਹਿੰਮਤ ਜਿਨਾਂ ਆ ਰਹੇ ਸੀ 10-15 ਇਕੱਠੇ ਹੋ ਕੇ ਇੱਕਦਮ ਜਦ ਦੇਖਿਆ ਮੀਡੀਆ ਵੀ ਅੰਦਰੋਂ ਹੁਕਮ ਕੀਤਾ ਵੀ ਜੇ ਜਵਾਨ ਖੋਲੀ ਆ ਦੇਖ ਲਿਓ ਜਦੀ ਕਿਸੇ ਕਯੂ ਟਰਨ ਮਾਰ ਕੇ ਕਿਸੇ ਕਮਰੇ ਚ ਲੁੱਕ ਗਏ ਤੇ ਜਾਂਦੇ ਜਾਂਦੇ ਤੁਸੀਂ ਅਸ਼ਵਨੀਂਜ ਦੀਆਂ ਗੱਲਾਂ ਸੁਣੀਆਂ ਉਹ ਕਹਿੰਦੇ ਅਸੀਂ ਉੱਥੇ ਡਿਸਕਸ ਕੀਤੇ ਐਸੀ ਇਸ਼ੂ ਕੀਤੇ ਉੱਥੇ ਗੱਲ ਹੋਣੀ ਚਾਹੀਦੀ ਆ ਜ਼ਰੂਰ ਫਿਕਰ ਵਾਲੀ ਗੱਲ ਆ ਰੇਪ ਹੋਇਆ ਕੋਈ ਉਹਦੇ ਬਾਰੇ ਗੱਲ ਜ਼ਰੂਰ ਕਰਨੀ ਚਾਹੀਦੀ ਆ ਪਰ ਕਿਸਾਨ ਦੇ ਗਲਤੇ ਉਹਨਾਂ ਨੇ ਕੋਈ ਬਾਲਾ ਜਿਹੜਾ ਉਹ ਜਵਾਬ ਹੀ ਨਹੀਂ ਦਿੰਦਾ ਨਾ ਉਹ ਸੁਣਨਾ ਚਾਹੁੰਦੇ ਆ ਇਹਨਾਂ ਦੀ ਕੀ ਹਿੰਮਤ ਜਦੋਂ ਨੱਡਾ ਸਾਹਿਬ ਜਾਂ ਮੋਦੀ ਸਾਹਿਬ ਜਵਾਬ ਦੇ ਰਹੇ ਆ ਮਾਈਕਾਂ ਤੇ ਦੇ ਰਹੇ ਆ ਰੈਲੀਆਂ 'ਚ ਦੇ ਰਹੇ ਆ ਵੀ ਇਹ ਕਾਨੂੰਨ ਨਾ ਅਸੀਂ ਬਦਲਨੇ ਆ ਨਾ ਇਸ ਬਾਰੇ ਅਸੀਂ ਸੁਣਨਾ ਇਹਨਾਂ ਦੀ ਕੀ ਮਜਾਲ ਆ ਇਹ ਤਾਂ ਐਵੇਂ ਹੀ ਵਿਚਾਰੇ ਆ ਪੰਜਾਬ 'ਚ ਵੜਨ ਦੇ ਮਾਰੇ ਕਿਉਂਕਿ ਉੱਥੋਂ ਕੱਢ ਤੇ ਹੁਣ ਪੰਜਾਬ 'ਚ ਤਾਂ ਇਹਨਾਂ ਦਾ ਐਂਟਰੀ ਬੈਨ ਇਹ ਤਾਂ ਉੱਥੋਂ ਭੱਜੇ ਹੋਏ ਭਗੌੜੇ ਆ ਦਿੱਲੀ 'ਚ ਬੈਠੇ ਆ ਬੜੇ ਤੇ ਹੁਣ ਇੰਨਾ ਕੁ ਤਾਂ ਬਾਹਰ ਕਹਿਣਾ ਹੀ ਪਊਗਾ ਵੀ ਅਸੀਂ ਗੱਲ ਕੀਤੀ ਆ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਗੱਲ ਕਰ ਲੋ ਗੱਲ ਗੱਲ ਤੁਸੀਂ ਉਰੇ ਜਲੀਲ ਕੀਤੇ ਕਿਸਾਨ ਬਲਾਕੇ ਪਹਿਲਾਂ ਤਾਂ ਇਹ ਗੱਲ ਠੀਕ ਕੀਤੀ ਵੀ ਕੱਲੇ ਪੰਜਾਬ ਦੇ ਬਲਾਏ ਈਸ਼ੂ ਤਾਂ ਸਾਰੇ ਦੇਸ਼ ਦੇ ਕਿਸਾਨਾਂ ਦਾ ਇਹ ਤੇ ਫਿਰ ਜਦੋਂ ਤੁਸੀਂ ਬੁਲਾਏ ਤੇ ਉਹਨਾਂ ਨਾਲ ਕੀ ਕੀਤਾ ਉਹ ਤੁਹਾਡੇ ਮੂਰੇ ਹੀ ਆ ਸਾਰਾ ਕੁਝ ਦੱਸਿਆ ਏ ਇਸ ਕਰਕੇ ਇਹ ਤਾਂ ਨਾ ਘਰ ਦੇ ਰਹੇ ਨੇ ਨਾ ਘਾਟ ਦੇ ਰਹੇ ਆ ਇਹ ਤਾਂ ਇਸ ਵੇਲੇ ਮੈਂ ਸਮਝਦਾ ਪੱਲੇ ਹੀ ਕੁਝ ਨਹੀਂਗਾ ਇਹਨਾਂ ਦੇ ਦੂਜੀ ਤਰਫ ਗੱਲ ਕਰੀਏ ਸੁਖਵੀਰ ਬੱਦਲ ਦਾ ਅੱਜ ਬਿਆਨ ਆਇਆ ਹੈ ਕਿ ਕੈਪਟਨ ਸਾਹਿਬ ਬੜੀ ਛੇਤੀ ਭਾਜੀਪੀ ਜੁਆਇਨ ਕਰਨ ਗਏ ਤੁਸੀਂ ਦੱਸੋ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਦੇ ਐ MP MLA ਮੰਤਰੀ ਮੁੱਖ ਮੰਤਰੀ ਉਹ ਇੱਥੇ ਡੈਪਟੀ ਲੀਡਰ ਰਹਿ ਕੇ ਹੁਣ ਆਖਰੀ ਜਿਹੜੀ ਮੈਂ ਇਹ ਤਾਂ ਨਹੀਂ ਕਹਿੰਦਾ ਆਖਰੀ ਪਾਰੀ ਪਰ ਉਹਨਾਂ ਨੇ ਇੰਨੀ ਵਾਰ ਕਾਂਗਰਸ ਦੇ ਲਈ ਇੰਨਾ ਕੁਝ ਕੀਤਾ ਤੇ ਕਾਂਗਰਸ ਨੇ ਉਹਨਾਂ ਲਈ ਕੀਤਾ ਤੁਸੀਂ ਸੋਚ ਸਕਦੇ ਆ ਵੀ BJP BJP ਨੂੰ ਤਾਂ ਛੱਡ ਕੇ ਜਿਹੜਾ ਜਿਹੜੇ ਹੈਗੇ ਆ ਬੀਜੇਪੀ ਚ ਉਹ ਪੱਲਾ ਛੱਡ ਕੇ ਭਜਾਉਣ ਨੂੰ ਭੱਜਣ ਨੂੰ ਫਿਰਦੇ ਆ ਤੇ ਕੈਪਟਨ ਅਮਰਿੰਦਰ ਸਿੰਘ ਅਰਗੇ ਨੂੰ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਐਡਾ-ਉਡਾ ਸਟੇਟਸਮੈਨ ਹੋਵੇ ਉਹ ਪਾਰਟੀ ਬਦਲੂਗਾ ਉਹ ਦਲ ਬਦਲੂਗਾ ਕੀ ਕੀ ਇੱਕ ਵਿਚਕਾਨਾ ਬਿਆਨ ਆ ਮੈਂ ਕਹਿੰਨਾ ਇਹ ਇੱਕ ਦੂਜੇ ਨਾਲੋਂ ਜਿੱਦਣ ਦੇ ਅਲੱਗ ਹੋਏ ਆ ਨਾ ਇਹ ਇੱਕ ਦੂਜੇ ਤੋਂ ਬੀਜੇਪੀ ਵਾਲੇ ਤੇ ਅਕਾਲੀ ਦਲ ਵਾਲੇ ਇਹ ਹੁਣ ਮੈਂ ਕੀ ਕਹਾਂ ਵੀ ਇਹਨਾਂ ਦਾ ਜਿਹੜਾ ਦਿਮਾਗੀ ਆ ਬੈਲੈਂਸ ਆ ਉਹ ਕਿਤੇ ਨਾ ਕਿਤੇ ਇਹ ਗਵਾ ਬੈਠੇ ਆ ਦੋਨੋਂ ਹੀ ਕਿਉਂਕਿ ਇੰਨੇ ਡਿਪੈਂਡੈਂਸੀ ਇੱਕ ਦੂਜੇ ਤੇ ਇਸ ਤਰੀਕੇ ਨਾਲ ਇਹਨਾਂ ਦੀ ਹਾਲਤਾਂ ਵਿਗੜ ਚੁੱਕੀਆਂ ਸੀ ਹੁਣ ਮੈਂ ਤੁਹਾਨੂੰ ਇੱਕ ਦੱਸਦਾ ਵੀ ਬੀਜੇਪੀ ਵਾਲੇ ਜਿਹੜੀਆਂ ਗੱਲਾਂ ਕਰਦੇ ਆ ਬੀਜੇਪੀ ਵਾਲੇ ਮੀਟਿੰਗ ਕੱਲ ਦੀ ਮੈਂ ਦੱਸਦਾ ਵੀ ਜਿਹੜੇ ਕਹਿੰਦੇ ਅਸੀਂ ਅੱਗੇ 117 ਤੇ ਗੱਲ ਬਣਾਈਏ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਬਾਪੂ ਬਾਦਲ ਆ ਨਾ ਉਹ ਬੜੇ ਵੱਡੇ ਖਿਡਾਰੀ ਆ ਉਹਨਾਂ ਨੇ ਮਤਲਬ ਜਦੋਂ ਐਨ ਸਾਰਾ ਕੁਝ ਨਿਚੋੜ ਲਿਆ ਜਿਵੇਂ ਕਈ ਵਾਰ ਹੁੰਦਾ ਨਾ ਵੀ ਨਵਾਂ ਨਵਾਂ ਵਿਆਹ ਹੁੰਦਾ ਪੁੱਤ ਦਾ ਤੇ ਉਹ ਕਈ ਵਾਰ ਅਲੱਗ ਹੋਣ ਦੀ ਗੱਲ ਕਰਦਾ ਬਾਪੂ ਵੀ ਆਖਰ ਪ੍ਰਾਣਾ ਖਿਡਾਰੀ ਹੁੰਦਾ ਬਾਪੂ ਕਹਿੰਦਾ ਹੋ ਜਾ ਲੱਗ ਠੀਕ ਆ ਭਾਈ ਪਰ ਉਹ ਬਾਪੂ ਇਹਨਾਂ ਦਾ ਜਿਹੜਾ ਬਾਪੂ ਸੀ ਇਹਨਾਂ ਵਾਲਾ ਬਾਪੂ ਜਿਹੜਾ ਬਾਦਲ ਉਹਨੇ ਕੁਝ ਛੱਡਿਆ ਹੀ ਨਹੀਂ ਪਿੱਛੇ ਜਦੋਂ ਇਹ ਦਰਨਾ ਦਾ ਅਲਾਈਅੰਸ ਸੀ ਉਹਨੇ ਸਾਰੇ ਜਮੀਨ ਤੇ ਲਾਲਕੀਰ ਜਿਵੇਂ ਕਰਜ਼ਾਈ ਆ ਬੈਂਕ ਬੈਲੈਂਸ ਆ ਜਿਹੜੇ ਉਹ ਜਿਵੇਂ ਬਾਹਰ ਆ ਭੱਜੇ ਹੋਏ ਨੇ ਕੀ ਨਾਮ ਹੈ ਇਹਨਾਂ ਦਾ ਜਿਹੜੇ 3-4 ਜਿਹੜੇ ਠੱਗੀ ਮਾਰ ਕੇ ਨੀਰਾ ਮੋਦੀ ਵਰਗੇ ਜਾਂ ਹੋਰ ਜਿਹੜੇ ਵਪਾਰੀ ਭੱਜੇ ਆ ਬਾਹਰ ਉਸ ਤਰੀਕੇ ਨਾਲ ਬੀਜੇਪੀ ਦਾ ਹਾਲ ਆ ਇਹ ਅਲੱਗ ਤਾਂ ਇਹ ਵੀ ਹੋ ਗਏ ਵੀ ਬੜੇ ਖੁਸ਼ ਨੇ ਵਿਖੰਬਾਂ ਜੋ ਅਸੀਂ ਨਿਕਲ ਗਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਰੀ ਜ਼ਮੀਨ ਆ ਜਿਹੜੀ ਉਹ ਅਡਾਨੀ ਬਾਨੀ ਨੂੰ ਗਿਰਵੀ ਰੱਖ ਗਏ ਜਿਹੜੀ ਕੋਠੀ ਮਕਾਨ ਕਿਰਾਏ ਤੇ ਜਿਹੜੇ ਰੈਂਟਰਡ ਹਾਊਸ ਸੀ ਉਹ ਵੀ ਕਈ ਸਾਲਾਂ ਤੋਂ ਕਿਰਾਇਆ ਨਹੀਂ ਦਿੱਤਾ ਉਹ ਵੀ ਬਾਹਰ ਕੱਢਣ ਨੂੰ ਫਿਰਦੇ ਆ ਇਸ ਕਰਕੇ ਬਚਿਆ ਹੀ ਕੁਝ ਨਹੀਂ ਦੋਨਾਂ ਪਾਰਟੀਆਂ ਲਈ ਉਹਨਾਂ ਦੇ ਕੋਲ ਜਿਹੜਾ ਬੇਅਦਵੀ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਈਸ਼ੂ ਕਿੱਡੇ ਵੱਡੇ ਆ ਕੋਈ ਮਤਲਬ ਪੈਰ ਲੱਗਣ ਵਾਲੀ ਗੱਲ ਹੀ ਨਹੀਂ ਹੁਣ ਇਹ ਜ਼ਮੀਨ ਇਹ ਜਿਹੜਾ ਐਡਾ بڑا ਇਸ਼ੂ ਆ ਗਿਆ ਜਿਹੜੇ ਤਿੰਨ ਬਿੱਲ ਆਏ ਉਹ ਮਾੜੀ ਮੋਟੀ ਜਿਹੜੀ ਗੱਲ ਸੀ ਉਹਤੇ ਵੀ ਲਕੀਰ ਫਿਰ ਗਈ ਛੱਡ ਕੇ ਭੱਜ ਗਏ ਤੇ ਇਸ ਕਰਕੇ ਘਬਰਾਹਟ ਚ ਨੇ ਦੋਨੋਂ ਜਾਣੇ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਜਾਈਏ ਤਾਂ ਜਾਈਏ ਤੇ ਕਰੀਏ ਤਾਂ ਕੀ ਕਰੀਏ ਤੇ ਇਹ ਜਿਹੜੇ ਚੁਗ ਸਾਬ ਦੀ ਤੁਸੀਂ ਗੱਲ ਕੀਤੀ ਹੈ ਨਾ ਸੁਖਵੀਰ ਸਿੰਘ ਤਾਂ ਮੈਂ ਤੁਹਾਨੂੰ ਜਵਾਬ ਦੇ ਹੀ ਦਿੱਤਾ ਵੀ ਕੈਪਟਨ ਅਮਰਿੰਦਰ ਸਿੰਘ ਚਾਰ ਨੂੰ ਦੱਸਣਗੇ ਆ ਕੇ ਉਰੇ ਭਾਜਪੀ ਨੂੰ ਵੀ ਤੇ ਰਾਸ਼ਟਰਪਤੀ ਸਾਹਿਬ ਨੂੰ ਵੀ ਮਿਲਣਗੇ ਤੇ ਫਿਰ ਉਹਨਾਂ ਨਾਲ ਗੱਲ ਵੀ ਕਰ ਲਿਓ ਆ ਵੀ ਸੁਖਵੀਰ ਦਾ ਇਹ ਬਿਆਨ ਆ ਤੇ ਵੀ ਕਿੰਨਾ ਕੋ ਬਿਆਨ ਨੂੰ ਉਹ ਸੀਰੀਅਸ ਲੈਣਗੇ ਇਸ ਗੱਲ ਨੂੰ ਤੇ ਮਤਲਬ ਇੱਕ ਹਾਸੋ ਹੀਣ ਗੱਲ ਆ ਇਹ ਜਿਵੇਂ ਬੀਜੇਪੀ ਤਾਂ ਡੁੱਬਦਾ ਜਹਾਜ਼ ਆ ਕੈਪਟਨ ਉਮਰਿੰਦਰ ਸਿੰਘ ਜੀ ਇਥੇ ਤੱਕ ਸੁਪਨੇ ਚ ਵੀ ਗੱਲਾਂ ਸੋਚੋ ਇਹ ਕੋਈ ਇਹਨਾਂ ਨੂੰ ਛੱਡ ਛੱਡ ਪੰਜਾਬ ਦੇ ਇਹਨਾਂ ਦੇ ਵੱਡੇ ਤੋਂ ਵੱਡੇ ਲੀਡਰ ਆ ਜਿਹੜੇ ਉਹ ਜਾ ਰਹੇ ਆ ਜੁਆਇਨ ਕਰਨ ਦੀ ਤਾਂ ਕੋਈ ਰੌਲਾ ਹੀ ਨਹੀਂ ਆ ਬਿਹਾਰ ਇਲੈਕਸ਼ਨ ਚ ਦੇਖ ਲਿਓ ਕੀ ਹਾਲ ਆ ਹਰਿਆਣਾ ਇਲੈਕਸ਼ਨ ਚ ਕੀ ਹਾਲ ਪਰ ਜਿਹੜੇ ਚੁੱਗ ਸਾਹਿਬ ਨੇ ਉਹ ਆਪ ਉਹਨਾਂ ਨੂੰ ਥੋੜਾ ਜਿਹਾ ਜ਼ਰੂਰ ਇਹ ਸੋਚਣਾ ਚਾਹੀਦਾ ਵੀ ਇਸ ਵੇਲੇ ਪੰਜਾਬ ਤੋਂ ਬਾਹਰ ਤਾਂ ਆ ਗਏ ਹਾਂ ਫਲਾਈਟਸ ਵੀ ਨਹੀਂ ਚੱਲ ਰਹੀਆਂ ਮੈਨੂੰ ਲੱਗਦਾ ਜੇ ਜਹਾਜ਼ ਯੂਟ ਚਲੇ ਜਾਣ ਤਾਂ ਭਾਵਾਂ ਚਲੇ ਜਾਣ ਜੇ ਉਹ ਮੇਰੇ ਤੇ ਗੱਲ ਕਰਦੇ ਹੁੰਦੇ ਆ ਮੈਂ ਸੁਣ ਰਿਹਾ ਸੀ ਕੱਲ ਵੀ ਉਹਨਾਂ ਦਾ ਪਰਸੋਂ ਵੀ ਦੇਖੋ ਪਰਚੇ ਪੁਰਚਿਆਂ ਦੀ ਕੋਈ ਗੱਲ ਨਹੀਂ ਪਰਚੇ ਬਥੇਰੇ ਹੋਏ ਆ ਹੋਰ ਪਰਚੇ ਕਰਾ ਲਓ ਇਹਨਾਂ ਨਾਲ ਕੀ ਫਰਕ ਪੈ ਜਾਊਗਾ ਮੈਂ ਬਾਰ ਬਾਰ ਕਿਹਾ ਵੀ ਤੁਸੀਂ ਪੰਜਾਬ ਦੇ ਵਿੱਚ ਸ਼ੰਭੂ ਤੋਂ ਜੇ ਕਿਸੇ ਨੇ ਇੱਕ ਨੇ ਵੀ ਕਹਿਤਾ ਨਾ ਵੀ ਸ਼ੰਭੂ ਤੋਂ ਬੜਨ ਨਹੀਂ ਦੇਣਾ ਚੁਗਸਬ ਇਸ ਵੇਲੇ ਯਾਸ਼ਵਨੀ ਜੀ ਤੁਹਾਨੂੰ ਤਾਂ ਕਿਸੇ ਨੇ ਪੰਜਾਬ ਨਹੀਂ ਵੜਨ ਦੇਣਾ ਆ ਦਿੱਲੀ ਬੈਠੇ ਹੋ ਟਿਕੇ ਬੈਠੇ ਹੋ ਇੱਥੇ ਏਸੀ ਵਾਲੇ ਕਮਰਿਆਂ 'ਚ ਵਧੀਆ ਬੈਠੇ ਹੋ ਦਫ਼ਤਰ ਬੀਜੇਪੀ ਵਾਲਾ ਵਧੀਆ ਏ ਜਿੱਥੇ ਇਸ ਵੇਲੇ ਨਵੇਂ ਬਣਿਆ ਐ ਉੱਥੇ ਕਮਰਿਆਂ-ਕੁਮਰਿਆਂ 'ਚ ਆਰਾਮ ਨਾਲ ਬੈਠੋ ਪੰਜਾਬ ਵਾਲੇ ਕੰਮ ਤੋਂ ਛੁੱਟੀ ਆ ਤੇ ਨਾ ਕਿਤੇ ਪੰਗਾ ਵਾਂ ਨਾ ਲੈ ਲਿਓ ਜੇ ਕਿਸੇ ਨੇ ਪਛਾਣ ਪਛਾਣ ਲਿਆ ਸ਼ੰਭੂ ਬਾਰਡਰ ਤੇ ਤੇ ਫਿਰ ਹੋਰ ਨਾ ਕੰਮ ਕਰਾ ਲਿਓ ਕੋਈ ਸਰਵਿਸ ਚੰਗੀ ਤਰ੍ਹਾਂ ਕਰ ਦੇਣਗੇ ਅਗਲੇ ਜਿੰਨਾ ਨਿਜਿਸ ਹਸਾਬ ਨਾਲ ਤੁਸੀਂ ਜ਼ਹਿਰ ਵਾਲੇ ਬਿਆਨ ਦੇ ਰਹੇ ਹੋ ਨਾ ਕਦੇ ਉਹਨਾਂ ਨੂੰ ਅਤਵਾਦੀ ਦੱਸ ਰਹੇ ਹੋ ਅਤਵਾਦੀ ਤਾਂ ਇੱਕ ਨੇ ਉੱਥੇ ਨਾਹ ਖੰਬੂ ਜੀ ਤੁਸੀਂ ਦੇਖਿਆ ਇੱਕ ਨੇ ਕਿਸੇ ਨੇ ਖਾਲਿਸਤਾਨ ਦਾ ਨਾਹਰਾ ਲਾਤਾ ਇਹ ਬੜੀ ਮੈਂ 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 ਤਾਂ ਹੀ ਲੜਾਈ ਲੜਦੇ ਨੂੰ ਮਤਲਬ ਹਮੇਸ਼ਾ ਤੋਂ ਹੀ ਮੈਂ ਲੜਿਆ ਪਰ ਮੈਨੂੰ ਖੁਸ਼ੀ ਹੋਈ ਪਹਿਲੀ ਵਾਰ ਵੀ ਜਿਹੜੇ ਨੌਜਵਾਨ ਉੱਥੇ ਸ਼ੰਭੂ ਬੈਠੇ ਆ ਉਹਨਾਂ ਨੇ ਉਹ ਖਾਲਿਸਤਾਨ ਬੰਦੇ ਨੇ ਨਾਹਰਾ ਲਾਇਆ ਜੀ ਨੇ ਉਹ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਨਾ ਉਹਨਾਂ ਸਾਰੇ ਮੇਰੇ ਭਰਾਵਾਂ ਨੂੰ ਉਹਨਾਂ ਨੇ ਪੁਲਿਸ ਦੇ ਹਵਾਲੇ ਕਰਵਾਤਾ ਵੀ ਭਾਈ ਓਰੇ ਇਹ ਜੀ ਗੱਲ ਇਹ ਪਤਾ ਨਹੀਂ ਇਹਨਾਂ ਨੇ ਭੇਜਿਆ ਹੋਊਗਾ ਜਾਣ ਕੇ ਵੀ ਓਰੇ ਕਾਲਜਦਾਨ ਦਾ ਨਾਰਾ ਲਵਾ ਦੋ ਇਹਨਾਂ ਦੀਆਂ ਏਜੰਸੀਆਂ ਭੇਜ ਸਕਦੀਆਂ ਬੀਜੇਪੀ ਦੀਆਂ ਵੀ ਮਾਹੌਲ ਕਿਉਂਕਿ ਆਪ ਹੀ ਇਹ ਕਹਿ ਰਹੇ ਆ ਅਤਵਾਦੀ ਵਾਲੀ ਗੱਲ ਹੀ ਮੋਇਸਟ ਮੋਇਸਟ ਵਾਲੀ ਗੱਲ ਇਹਨਾਂ ਨੇ ਇੱਕ ਅਦਾ ਬੰਦਾ ਉੱਥੇ ਪਲਾਪਲੂ ਕੇ ਭੇਜਤਾ ਹੋਵੇ ਪਰ ਉਹਨਾਂ ਨੇ ਪੁਲਿਸ ਨੂੰ ਫੜਾਤਾ ਜਦੀ ਵੀ ਸਾਡਾ ਨਹੀਂ ਕਹ ਇਹਨੂੰ ਫੜੋ ਇਸ ਕਰਕੇ ਬਹੁਤ ਤੁਸੀਂ ਇਹ ਤੰਗ ਨਾ ਕਰੋ ਜਿਹੜੀਆਂ ਮਾਮਾ ਸਾਡੀਆਂ ਬੈਠੀਆਂ ਐ ਭੈਣਾ ਸਾਡੀਆਂ ਬੈਠੀਆਂ ਐ ਰਾਤਾਂ ਨੂੰ ਤੁਸੀਂ ਤੁਸੀਂ ਥੋੜਾ ਜਿਆ ਸੋਚੋ ਯਾਰ ਸ਼ਰਮ ਕਰੋ ਕਿਸੇ ਦੀ ਮਾਂ ਭੈਣ ਕਿਸੇ ਦੇ ਘਰੋਂ ਰਾਤਾਂ ਨੂੰ ਸੜਕ ਤੇ ਬੈਠੀ ਹੋਵੇ ਆਪਾਂ ਬਰਦਾਸ਼ਤ ਕਰ ਲਾਂਗੇ ਉਹ ਵੀ ਪੰਜਾਬੀ ਇਹਨਾਂ ਨੇ ਸਾਰੇ ਪੰਜਾਬ ਦੀਆਂ ਮਾਵਾਂ ਧੀਮਾਂ ਸੜਕਾਂ ਤੇ ਬਿਠਾਤੀਆਂ ਇਹ 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 ਚੁਗਸਾਂਬ ਹੋਣੀ ਨੇ ਇਹ ਭਾਜਪੀ ਦੇ ਲੀਡਰ ਨੇ ਇਹਨਾਂ ਨੂੰ ਗੱਲ ਮਤਲਬ ਸਮਝ ਹੀ ਨਹੀਂ ਆਉਂਦੀ ਹੈ ਵੀ ਸਾਡੀਆਂ ਮਾਵਾਂ ਧੀਆਂ ਸੜਕਾਂ ਤੇ ਬੈਠੀਆਂ ਅਸੀਂ ਅਸੀਂ ਦੁਹਾਈ ਪਾਈਏ ਪਿੱਟੀਆਂ ਨੱਡਾ ਸਾਹਿਬ ਜਾ ਕੇ ਦੇਖੋ ਤਾਂ ਸਹੀ ਜੇ ਹਿੰਮਤ ਆ ਚਲੋ ਇਹਨਾਂ ਨੂੰ ਕੋ ਨੱਡਾ ਸਾਹਿਬ ਦੀ ਰੈਲੀ ਕਰਾਉਣ ਕੋਈ ਕਿਸੇ ਵੀ ਵੱਡੀ ਰੈਲੀ ਤਾਂ ਛੱਡੋ ਇਹ ਕਿਤੇ 500 ਬੰਦੇ ਦੀ ਕਿੱਤੇ ਵੀ ਰੈਲੀ ਪੰਜਾਬ ਦੇ ਕਿਸੇ ਪਿੰਡ ਚ ਨੱਡਾ ਸਾਹਿਬ ਦੀ ਮੈਨੂੰ ਕਰਾ ਕੇ ਦਿਖਾ ਦੇ ਲੈ ਮੈਂ ਮੈਂ ਸਾਰਾ ਕੁਝ ਹੀ ਛੱਡ ਦੂੰਗਾ ਮੈਂ ਇਹਨਾਂ ਨੂੰ ਲੀਡਰ ਮੰਨ ਲੂੰਗਾ ਇਹ ਇੱਕ ਵੀ ਗੱਲਾਂ ਨਹੀਂ ਇਸ ਵੇਲੇ ਉੱਥੇ ਫਿਰ ਕਾਂਗਰਸ ਆ ਕਾਂਗਰਸ ਰੋਕ ਲੂਗੀ ਤੁਹਾਨੂੰ ਤੁਸੀਂ ਇੱਥੋਂ ਲੈ ਜਾਓ ਸਾਰੀ ਆਪਣੀ ਸਿਕਿਉਰਿਟੀ ਜਿੰਨੀ ਲੈਣੀ ਆ ਪੈਰਾ ਮਿਲਟਰੀ ਫੋਰਸ ਲਵਾ ਕੇ ਆਪਣੀ ਰੈਲੀ ਕਰਾ ਲਓ ਜੇ ਇੱਕ ਵੀ ਕਿਸਾਨ ਤੁਹਾਡੀ ਰੈਲੀ ਚ ਆ ਗਿਆ ਮੈਂ ਨਾਂ ਬਦਲ ਦੂੰ ਹਾਂ ਚਲੋ ਇੱਕ ਆਖਰੀ ਸਵਾਲ ਹੈ 4 ਤਰੀਕ ਨੂੰ ਕਿਸਾਨਾਂ ਨੇ ਕਿਹਾ ਅਸੀਂ ਧਰਨਾ ਲਾਣਾ ਚੱਕਾ ਜਾਮ ਹੋਣਾ ਰਵਨੀਤ ਬਿੱਟੂ ਚੱਕੇਜਾਂ ਦੇ ਸ਼ਾਮਿਲ ਹੈ ਦੇਖੋ ਉਹਨਾਂ ਨੇ ਕਿਸਾਨਾਂ ਨੇ ਇਹ ਫੈਸਲਾ ਕੀਤਾ ਸਾਰੇ ਦੇਸ਼ ਦੇ ਕਿਸਾਨਾਂ ਨੇ ਵੀ ਅਸੀਂ 12 ਤੋਂ 4 ਵਜੇ ਤੱਕ 5 ਤਰੀਕ ਨੂੰ ਚੱਕਾ ਜਾਮ ਕਰਾਂਗੇ ਅਸੀਂ ਚਾਰ ਨੂੰ ਰਾਸ਼ਟਰਪਤੀ ਨੂੰ ਸਾਰਿਆਂ ਨੇ ਮਿਲਣਾ ਐਜ਼ ਇੱਕ ਕਿਸਾਨ ਮੈਂ ਬਿਲਕੁਲ ਕਾਂਗਰਸ ਦੇ ਐਮਪੀ ਹੋਣ ਨਾਤੇ ਨਹੀਂ ਕਾਂਗਰਸੀ ਹੋਣ ਨਾਤੇ ਨਹੀਂ ਇੱਕ ਕਿਸਾਨ ਹੋਣ ਨਾਤੇ ਸਾਡਾ ਫਰਜ ਮੰਨਦਾ ਜਿਹੜਾ ਜਿਹੜਾ ਵੀ ਕਿਸਾਨ ਜਿਹਦੇ ਕਿਸਾਨ ਜਿਹਦੇ ਨਾਂ ਤੇ ਜ਼ਮੀਨ ਆ ਜਾਂ ਜਿਹੜਾ ਖੇਤ ਮਜ਼ਦੂਰ ਆ ਜਾਂ ਜਿਹੜਾ ਵੀ ਅੜਤੀ ਆਏ ਜੇ ਕੋਈ ਵੀ ਆ ਪੰਜਾਬੀ ਆਖਰ ਸਾਰੇ ਜੁੜੇ ਹੀ ਕਿਸਾਨ ਨਾ ਹੋਏ ਆ ਕੋਈ ਦਵਾਈਆਂ ਵੇਚਦਾ ਏ ਕੋਈ ਕੁਸ਼ਕ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ 5 ਤਰੀਕ ਨੂੰ 4 ਘੰਟੇ ਲਈ ਕਿਸੇ ਵੀ ਹਾਈਵੇ ਤੇ ਉਹ ਬੈਠੇ ਹੀ ਬੈਠੇ ਮੈਂ ਕਿਤੇ ਵੀ ਦੇਸ਼ ਮੈਂ ਜ਼ਰੂਰ ਬੈਠੂਗਾ ਇਹ ਮੈਂ ਔਨ ਰਿਕਾਰਡ ਕਹਿਣਾ ਵੀ ਮੈਂ ਉਸ 4 ਘੰਟੇ ਲਈ ਹਰ ਹਾਲਤ ਚਾਹੇ ਦਿੱਲੀ ਚ ਕਿਤੇ ਇਧਰਲੇ ਪਾਸੇ ਹਾਈਵੇ ਤੇ ਕਿਤੇ ਵੀ ਬੈਠੀਏ ਪਰ ਉਹ ਹਾਈਵੇ ਬੰਦ ਕਰਕੇ ਬੈਠਾਂਗੇ 4 ਘੰਟੇ ਲਈ ਬੈਠਾਂਗੇ ਬਿਲਕੁਲ ਰਵਨੀਤ ਮਿੱਟੂ ਮੇਰੇ ਨਾਲ ਸੀਗੇ ਕਈ ਗੱਲਾਂ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ ਰੇਲ ਮੰਤਰੀ ਤੇ ਫਾਈਨੈਂਸ ਮੰਤਰਾਲੇ ਦੇ ਵਿੱਚ ਜਲਦੀ ਮੁਲਾਕਾਤ ਕੀਤੀ ਜਾਏਗੀ ਸ਼ਾਰਟ ਆਊਟ ਕੀਤਾ ਜਾਏਗਾ ਮਾਮਲਾ ਤੇ ਦੂਜਾ ਕਿਸਾਨਾਂ ਨੇ ਜਿਹੜਾ ਬੰਦ ਰੱਖਿਆ ਹੈ ਉਹਦੇ ਵਿੱਚ ਇਹਨਾਂ ਦਾ ਕਹਿਣਾ ਹੈ ਮੈਂ ਜ਼ਰੂਰ ਸ਼ਾਮਿਲ ਹੋਵਾਂਗਾ దిల్లీతో కెమెరామే లక్షణాలు లేని వన్ దెక్స్ వెరే టీవీ ऑल वर्ल्ड ओपन चैलेंज 17 टाइम गोल्ड मेडलिस्ट मियार रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री 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 मियार रफीक मोहम्मद मोबाइल चौरासी तीन सौ चौहत्तर चौरानवे छह सौ संताली चौरासी तीन सौ